ਸਰਕਾਰਾਂ ਵੱਲੋਂ ਵਿਆਹ ਸਮਾਗਮਾਂ 'ਚ ਗੋਲੀ ਚਲਾਉਣ ਅਤੇ ਅਸਲੇ ਨੂੰ ਲੈ ਕੇ ਸਖ਼ਤ ਤੌਰ 'ਤੇ ਪਾਬੰਦੀ ਲਗਾਈ ਗਈ ਹੈ, ਪਰ ਇਸ ਦੇ ਬਾਵਜੂਦ ਕਈ ਲੋਕਾਂ ਵੱਲੋਂ ਅਜਿਹੀ ਅਣਗਹਿਲੀ ਕੀਤੀ ਜਾ ਰਹੀ ਹੈ ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਮਸਤੇਵਾਲ ਤੋਂ ਸਾਹਮਣੇ ਆਇਆ, ਜਿੱਥੇ ਵਿਆਹ ਸਮਾਗਮ 'ਚ ਫੋਕੀ ਤੌਰ ਦੀ ਖਾਤਰ ਗੋਲੀ ਚਲਾਉਣ ਨਾਲ ਡੀਜੇ ਵਾਲੇ ਨੌਜਵਾਨ ਦੀ ਮੌਤ ਹੋ ਗਈ। ਇਸ ਸੰਬੰਧੀ ਡੀਜੇ 'ਤੇ ਕੰਮ ਕਰਦੇ ਨੌਜਵਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਵਿਆਹ ਵਾਲੇ ਘਰ 'ਚ ਉਹਨਾਂ ਵੱਲੋਂ ਡੀਜੇ ਲਗਾਇਆ ਗਿਆ ਸੀ ਅਤੇ ਘਰ ਪਰਿਵਾਰ ਵੱਲੋਂ ਨੱਚਦੇ ਸਮੇਂ ਫਾਇਰ ਕੱਢੇ ਗਏ। ਉਸ ਦੌਰਾਨ ਗੋਲੀ ਉਹਨਾਂ ਦੇ ਸਾਥੀ ਨੂੰ ਲੱਗ ਗਈ। ਤੋ ਗੋਲੀ ਨਹੀਂ ਆਈ, ਸ਼ਰਾਬਾਂ ਪੀ ਕੇ ਗੋਲੀਆਂ ਫਾਇਰ ਕੱਢਦੇ ਸੀਗੇ ਜੀ। ਅੱਛਾ, ਅਸੀਂ ਤਾਂ ਘਰੇ ਚੱਲੇ ਆਪਦਾ ਸਮਾਨ ਚੱਕ ਕੇ ਬਣਦੇ ਨਹੀਂ ਆਏ ਕੀਤੀ, ਪਹਿਲਾਂ ਤਾਣ ਕੀਤੇ, ਦੂਜਾ ਥੱਲੇ ਕੀਤਾ ਪੈਰਾਂ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਡੀਜੇ ਦਾ ਕਰਦਾ। ਡੀਜੇ ਦਾ ਕੰਮ ਕਰਦੇ ਹੋ ਤੇ ਪਹਿਲਾਂ ਸਿੱਧੀ ਚੱਲੀ ਸਪੀਕਰ 'ਚ ਵੱਜੀ ਬਾਜ, ਇੱਥੇ ਵੱਜੀ ਮੁੰਡੇ ਦੇ। ਉਹ ਮੁੰਡੇ ਕੌਣ ਸੀ ਗੋਲੀ ਚਲਾਉਣ ਵਾਲੇ? ਸੁਖਦੀਪ ਆ ਮੁੰਡੇ ਦਾ ਨਾਮ। ਨਾਮ ਉਹਨਾਂ ਨਾਮ ਦੱਸੋ ਉਹਨਾਂ ਦਾ। ਫਤਿਹਗੜ੍ਹ ਦਾ ਮੁੰਡਾ ਸੁਖਦੀਪ ਜੀ, ਮੁੰਡਾ ਫਤਿਹਗੜ੍ਹ ਪੰਜਤੂਰ ਦਾ। ਹਾਂਜੀ, ਉਹਨੇ ਗੋਲੀ ਚਲਾਈ ਏ। ਡੈੱਡ ਬੋਡੀ ਇੱਥੇ ਕਿਵੇਂ ਆਈ ਜੀ? ਡੈੱਡ ਬੋਡੀ ਇੱਥੇ ਉਹ ਲੈ ਕੇ ਆਇਆ, ਡੈੱਡ ਬੋਡੀ ਡੇਢ ਘੰਟਾ ਹੋ ਗਿਆ ਡੈੱਡ ਬੋਡੀ ਆਈ ਨੇ, ਕੋਈ ਪ੍ਰਸ਼ਾਸਨ ਨੇ ਕੋਈ ਇੱਥੇ ਪੁਲਿਸ ਵਾਲਾ ਨਹੀਂ ਪਹੁੰਚਿਆ, ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ, ਡੇਢ ਘੰਟਾ ਹੋ ਗਿਆ ਡੈੱਡ ਬੋਡੀ ਆਈ। ਉਧਰ ਇਸ ਮਾਮਲੇ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਰਨ ਸਿੰਘ ਵਾਸੀ ਕੋਟ ਇਸੇ ਖਾਂ ਦਾ, ਉੱਥੇ ਇੱਕ ਵਿਆਹ ਦੇ ਸਮਾਗਮ ਦੇ ਵਿੱਚ ਗੋਲੀ ਲੱਗਣ ਦੇ ਨਾਲ ਜਿਹੜੀ ਮੌਤ ਹੋਣ ਬਾਰੇ ਸੂਚਨਾ ਮਿਲੀ ਹੈ, ਜਿਹਦੇ ਬਾਰੇ ਵਿੱਚ ਜਿਹੜੀ ਹੈ ਪੜਤਾਲ ਕੀਤੀ ਜਾ ਰਹੀ ਹੈ। ਸਰ, ਕੋਈ ਬੰਦੇ ਅਰੈਸਟ ਵੀ ਕੀਤੇ ਸਰ? ਨਹੀਂ, ਕੋਈ ਬੰਦਾ ਅਜੇ ਤੱਕ ਨਹੀਂ ਅਰੈਸਟ ਕੀਤਾ। ਠੀਕ। ਦੱਸ ਦਈਏ ਕਿ ਵਿਆਹ ਸਮਾਗਮਾਂ 'ਚ ਗੋਲੀ ਚੱਲਣ ਨਾਲ ਹੋਈ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਦੇ ਬਾਵਜੂਦ ਵੀ ਕਈ ਲੋਕ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਫੁਕਰੇਪਣ 'ਚ ਲੋਕ ਵਿਆਹ ਸ਼ਾਦੀਆਂ 'ਚ ਕਾਨੂੰਨ ਨੂੰ ਛਿੱਕੇ ਟੰਗ ਕੇ ਬੇਖੌਫ ਹੋ ਕੇ ਫਾਇਰ ਕਰ ਰਹੇ ਨੇ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।